ਦੇਖੋ ਫੜੇ ਜਾਣ ਨਾ ਫੜੇ ਜਾਣ ਸਾਨੂੰ ਕੁਛ ਨੀ ਮਿਲਣਾ ਉਸ ਸਮਾਂ ਜੇਲ੍ਹ ਚ ਬਹਿ ਜਾਣਗੇ ਤੇ ਫਿਰ ਸਾਨੂੰ ਫੋਨ ਕਰਿਆ ਕਰਨਗੇ ਤੇਰੀ ਵਾਰੀ ਆ ਵੀ ਇੰਨੇ ਪੈਸੇ ਕੱਢ ਲਾ ਜਾਂ ਤਾਂ ਉਹਨੂੰ ਤੁਰਤ ਚੌਂਕ ਚ ਲਿਆ ਕੇ ਸ਼ੂਟ ਆਊਟ ਕੀਤਾ ਜਾਵੇ ਨੰਬਰ ਇੱਕ ਨੰਬਰ ਦੋ ਬੇਲਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ ਨੰਬਰ ਤਿੰਨ ਮੇਲਾ ਜੀ ਨੂੰ 5 ਕਰੋੜ ਦੀ ਵਿੱਤੀ ਸਹਾਇਤਾ ਦੀ ਅਸੀਂ ਸਾਰੇ ਸਹਿਮਤ ਹੈ ਤੁਹਾਡੇ ਨਾਲ ਸਰਕਾਰੀ ਨੌਕਰੀ ਕੋਈ ਤੁਸੀਂ ਦਿਓਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਬਾਕੀ ਫੌਜੀ ਨੂੰ ਤੁਸੀਂ ਮਾਣ ਦਿੰਦੇ ਹੋ ਫੌਜੀ ਤਾਂ ਆਪਦੀ ਮਿਹਨਤ ਨਾਲ ਆਪਦੀ ਮਿਹਨਤ ਨਾਲ ਕੋਈ ਠੱਗੀ ਠੋਰੀ ਨੀ ਰੋਜੀ ਰੋਟੀ ਕਮਾਉਣ ਦੇ ਕਾਬਲ ਹੋਇਆ ਉਹਦੇ ਪਰਿਵਾਰ ਤੇ ਕੀ ਬੀਤੀ ਜਿਵੇਂ ਕੋਈ ਫੈਸਲਾ ਆਉਂਦਾ ਅਸੀਂ ਤੁਹਾਨੂੰ ਜਾਣੂ ਕਰਾ ਦਾਂਗੇ ਤੁਸੀਂ ਸਾਨੂੰ ਕਿਰਪਾ ਕਰਕੇ ਇੰਨੀ ਜਾਣਕਾਰੀ ਜ਼ਰੂਰ ਦੇ ਦਿਓ ਵੀ ਕੀ ਇਨਪੁੱਟ ਆ ਕੇਸ ਨੂੰ ਬੰਦੇ ਫੜੇਗੇ ਜਾਂ ਫੜਨਗੇ ਜਾਂ ਕੀ ਹੈ ਲੋਕ ਇਹੀ ਮੰਗ ਕਰ ਰਹੇ ਵੀ ਕੀ ਹੈ ਜੀ ਨਹੀਂ ਕੇਸ ਦਾ ਸਟੇਟਸ ਕੀ ਹੈਗਾ ਉਹ ਵੀ ਪਤਾ ਚੱਲ ਉਹ ਕਿੱਥੇ ਖੜੇ ਹਾਂ ਜੀ ਕਿਉਂਕਿ ਮੇਨ ਜਦੋਂ ਕੋਈ ਇੰਸੀਡੈਂਟ ਹੋ ਗਿਆ ਜੇਲ੍ਹ ਨੂੰ ਅਸੀਂ ਵਾਪਿਸ ਯਾਰ ਮੈਨੂੰ ਵੀ ਅੱਗੇ ਕਰਨਾ ਪਊਗਾ ਫਿਰ ਯਾਰ ਬਟ ਸਾਡਾ ਹੁਣ ਮੇਨ ਫੋਕਸ ਹੈਗਾ ਵੀ ਬੰਦੇ ਫੜੇ ਜਾਣ ਦੋ ਪੁਆਇੰਟ ਦੇ ਵਿੱਚ ਇੱਕ ਬੰਦਾ ਹੈਗਾ ਜਿਹਨੇ ਕਰਵਾਇਆ ਠੀਕ ਹੈ ਨਾ ਸਾਡਾ ਹੁਣ ਮੇਨ ਫੋਕਸ ਚੱਲ ਰਿਹਾ ਕਿਉਂਕਿ ਸੀ ਸੀ ਟੀ ਵੀ ਫੁਟੇਜ ਜਿਹੜੀ ਹੈਗੀ ਤੇ ਉਹ ਥੋੜ੍ਹੇ ਟਾਈਮ ਬਾਅਦ ਹੌਲੀ ਹੌਲੀ ਕਿਸੇ ਦਾ 2 ਦਿਨ ਦਾ ਬੈਕਅਪ ਹੁੰਦਾ ਕਿਸੇ ਚਾਰ ਦਿਨ ਦਾ ਹੁੰਦਾ ਹੌਲੀ ਹੌਲੀ ਜਿਹੜੀ ਥੋੜ੍ਹੀ ਖਰਾਬ ਹੋ ਜਾਂਦੀ ਸੋ ਅਸੀਂ ਫਸਟ ਜਿਹੜੀ ਹੈਗੀ ਹੈ ਅਸੀਂ ਸਵੇਰੇ ਤਕਰੀਬਨ 6:30 ਦੇ ਕਰੀਬ ਅਸੀਂ ਸਾਰੀ ਟੀਮਾਂ ਅਸੀਂ ਇਕੱਠੇ ਕਰ ਲਈਆਂ ਉਹਦੇ ਵਿੱਚ ਅਸੀਂ ਤਕਰੀਬਨ CIA ਦੀ ਟੀਮ CIA 1-2 ਸਪੈਸ਼ਲ ਸਟਾਫ ਥਾਣੇ ਜਿਹਦੇ 5 ਸਾਡੇ ਹੈਗੇ ਅਸੀਂ 12 ਟੀਮਾਂ ਆਪਣੀਆਂ ਬਣਾ ਲਈਆਂ ਸੀ ਜਿਹੜੀ ਜਿਹੜਾ ਪਿੱਛੇ ਵਾਲਾ ਮੁੰਡਾ ਹੈਗਾ ਉਹਦਾ ਫੇਸ ਕਵਰ ਨਹੀਂ ਹੈਗਾ ਅਸੀਂ ਫੋਕਸ ਕਰ ਰਹੇ ਹਾਂ ਉਹਦਾ ਜਿਹੜਾ ਫੇਸ ਹੈਗਾ ਉਹਨੂੰ ਆਈਡੈਂਟੀਫਾਈ ਕਰ ਰਹੇ ਹਾਂ ਕਿਸੇ ਹੋ ਸਕਦਾ ਜਿੱਥੋਂ ਚੱਲੇ ਆ ਬੰਦੇ ਕਿਹੜੇ ਰਸਤੇ ਜਿਹਨਾਂ ਨੇ ਫੇਸ ਕਰਵਾਇਆ ਹੋਵੇ ਜਾਂ ਕਿਤੇ ਸਟੈਟਿਕ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵਰਕ ਕਰ ਰਹੇ ਹਾਂ ਜੇਕਰ ਜਦੋਂ ਉਹਦਾ ਫੇਸ ਆਈਡੈਂਟੀਫਾਈ ਹੋ ਗਿਆ ਫਿਰ ਉਸ ਤੋਂ ਬਾਅਦ ਸਾਰੇ ਜਿਹੜੇ ਹੈਗੇ ਪਤਾ ਹੋ ਗਿਆ ਠੀਕ ਹੈ ਨਾ ਜੀ ਉਸ ਵਾਸਤੇ ਸਾਡੀਆਂ ਤਕਰੀਬਨ ਜਿਹੜੀ ਹੈਗੀ ਹੈ 150 ਤੋਂ ਬੰਦਾ ਜਿਹੜਾ ਟੀਮ ਹੈਗਾ ਸਾਡਾ ਇਸ ਚੀਜ਼ ਦੀ ਵਰਕ ਆਨ ਕਰ ਕਿਉਂਕਿ ਐਵੇਂ ਮੈਂ ਕਹਿੰਦਾ ਕਿ ਅਸੀਂ ਐਂ ਕਰ ਦਾਂਗੇ ਐਂ ਕਰ ਦਾਂਗੇ ਉਹਦੇ ਨਾਲ ਕੋਈ ਨਹੀਂ ਹੋਣਾ ਅਸੀਂ ਕਿਸੇ ਬੰਦੇ ਨੂੰ ਮੰਨ ਲਓ ਚੱਕ ਲੈਂਦੇ ਹਾਂ ਚੱਕ ਦੇ ਬਿਨਾਂ ਤੇ ਅਗਲਾ ਕੋਈ ਵੀ ਬੰਦਾ ਇੰਨੀ ਛੇਤੀ ਕੋਈ ਬੰਦਾ ਜੀ ਮੈਂ ਕਰਵਾਇਆ ਜਿੰਨਾ ਤੱਕ ਸਾਡੇ ਕੋਲ ਕੋਈ ਲੀਡ ਹੋਊਗੀ ਫਿਰ ਅਸੀਂ ਉਹ ਟੈਰਮ ਹੋਰ ਸੌਖੀ ਹੋ ਜਾਵੇ ਫਿਰ ਉਹਦੇ ਸਾਹਮਣੇ ਜਦੋਂ ਐਵੀਡੈਂਸ ਰੱਖਣੇ ਆ ਅਗਲਾ ਬੰਦਾ ਕਹਿੰਦਾ ਵੀ ਕੋਈ ਅਦਰਵਾਈਜ਼ ਟੈਰਮ ਕਰਾਂਗੇ ਹਾਂ ਇੱਕ ਤੁਹਾਨੂੰ ਵਿਸ਼ਵਾਸ ਦਵਾਉਂਦੇ ਆ ਜਿਹੜੇ ਬੰਦੇ ਨੇ ਕੀਤਾ ਜਦੋਂ ਉਹਨਾਂ ਨੂੰ ਫੜ ਲਵਾਂਗੇ ਅਸੀਂ ਉਹਨਾਂ ਦੇ ਤੱਕ ਪ੍ਰਧਾਨ ਜੀ ਕਿਉਂਕਿ ਪ੍ਰਧਾਨ ਜੀ ਗੱਲ ਕੀ ਹੈ
ਕੁਛ ਚੀਜ਼ਾਂ ਇੱਥੇ ਰਿਕਾਰਡ ਹੋ ਰਹੀਆਂ ਨੇ, ਮੈਂ ਇੱਥੇ ਨਹੀਂ ਕਹਿ ਸਕਦਾ, ਬਟ ਤੁਹਾਡੀ ਤਸੱਲੀ ਜ਼ਰੂਰ ਹੋਊਗੀ ਵੀ ਹਾਂ ਪੁਲਿਸ ਦਾ ਜਿਹੜਾ ਐਕਸ਼ਨ ਸੀ ਉਹ ਖਤਮ। ਦੀਵਾਲੀ ਦਾ ਤਿਉਹਾਰ ਹੈ, ਹਰੇਕ ਬੰਦੇ ਦੇ ਚਾਹ ਹੁੰਦਾ, ਸਾਰੀ ਮਾਰਕੀਟ ਨੂੰ ਬੜਾ ਚਾਹ ਹੈਗਾ ਕਿਉਂਕਿ ਦੀਵਾਲੀ ਦਾ ਸੀਜ਼ਨ ਆ ਰਿਹਾ ਹੈ, ਸਾਰਿਆਂ ਨੂੰ ਹੁੰਦਾ। ਅਸੀਂ ਤਾਂ ਐਲਾਨ ਕਰਤਾ ਜੀ ਅਸੀਂ ਦੀਵਾਲੀ ਬਣਾਉਣੀ ਨਹੀਂ, ਕਿਸੇ ਨੇ ਪਟਾਕਾ ਨਹੀਂ ਚਲਾਉਣਾ, ਅਸੀਂ ਤਾਂ ਐਲਾਨ ਕਰੀ ਬੈਠੇ ਜੀ, ਬਟ ਇਹਨਾਂ ਨੇ ਇਤੋਂ ਵੱਡਾ ਕਾਂਡ ਵੀ ਹੋ ਗਿਆ, ਸ਼ਹਿਰ ਹੈਗਾ ਸਖਤ ਸੀਜ਼ਨੇਬਲ ਚੱਲ ਰਿਹਾ, ਸ਼ਹਿਰ ਦੇ ਵਿੱਚ ਲੋਕ ਕਿੰਨੇ ਹਾਰਡ ਦੇ ਵਿੱਚ, ਹਾਰਡ ਦੇ ਵਿੱਚ ਬੈਠੇ, ਇਹੋ ਜੀ ਵਾਰਦਾਤ ਹੋ ਜਾਣੀ ਸ਼ਰਮਨਾਕ ਗੱਲ ਹੈ। ਪੁਲਿਸ ਇੱਧਰ ਬੈਠੀ ਆ, ਪੁਲਿਸ ਇੱਧਰ ਬੈਠੀ ਆ ਜੀ, ਪੁਲਿਸ ਨੂੰ ਪਤਾ ਹੀ ਕੁਛ ਨਹੀਂ, ਇਹਦਾ ਮਤਲਬ ਸਤਿਕਾਰਯੋਗ ਪਿਛਲੇ 2 ਮਹੀਨਿਆਂ 'ਚ ਤੇ ਅਸੀਂ ਤਕਰੀਬਨ ਰੋਜ਼ ਹੀ ਉਹਨਾਂ ਨੂੰ ਮਿਲਦੇ ਸੀਗੇ, ਬਿਲਕੁਲ ਪੁਲਿਸ ਆਪਣਾ ਕੰਮ ਕਰ, ਲੋਕਾਂ ਵਾਸਤੇ ਗੱਲ ਉਠਾਉਂਦੇ ਸੀ, ਵਪਾਰੀਆਂ ਵਾਸਤੇ ਗੱਲ ਚੱਕਦੇ ਸੀ, ਤਾਂ ਹੀ ਉਸ ਨੂੰ ਮਿਲਦੇ ਸੀ ਵੀ ਇਹਦਾ ਕੰਮ ਕਰਾਓ, ਇਹਦਾ ਕੰਮ ਕਰਾਓ, ਅੱਜ ਉਹਦਾ ਨਤੀਜਾ ਆ ਨਿਕਲਿਆ ਜੀ, ਆਪਦੀ ਜਾਨ ਗਵਾਉਣੀ ਪਈ ਉਸ ਨੂੰ। ਅਫਸਰ ਤਾਂ ਬੰਨੇ ਹੋਏ ਨਹੀਂ, ਇਸ ਤਰ੍ਹਾਂ ਹੀ ਆ ਸਾਹਮਣੇ ਦਿਸ ਰਿਹਾ, ਮੋੜ ਹੋ ਗਿਆ, ਬਰਨਾਲੇ ਹੋ ਗਿਆ, ਅੰਮ੍ਰਿਤਸਰ ਜੀ ਮੁਲਤਾਨੀਆ ਰੋਡ ਤੇ ਵੀ ਹੋ ਗਿਆ ਅਟੈਕ, ਆਕਾ ਉਹਦੇ ਮੁਲਾਜ਼ਮ ਨੂੰ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਮਾਰਤਾ, ਕਿ ਅਸੀਂ ਚਾਹੋਗੇ ਸਾਡੇ ਮੁਲਾਜ਼ਮ ਮਰਨ, ਨਹੀਂ ਤੁਸੀਂ ਨਹੀਂ ਚਾਹੁੰਦੇ, ਨਹੀਂ ਉਹ ਤਾਂ ਕੋਈ ਨਹੀਂ ਜਾਂਦਾ, ਨਹੀਂ ਬਸ ਥੋੜਾ ਜਿਹਾ ਰਿਜ਼ਲਟ ਤਾਂ ਆ ਹੀ ਜਾਂਦਾ ਨਾ ਜੀ, ਜੇ ਮੁਲਾਜ਼ਮ ਤੇ ਐਕਸ਼ਨ ਹੋਇਆ ਤਾਂ ਉਹਦਾ ਰਿਜ਼ਲਟ ਮਾੜਾ ਹੀ ਆਇਆ ਨਾ ਜੀ, ਤੁਹਾਨੂੰ ਐਕਸ਼ਨ ਸਖਤ ਕਰਕੇ ਦੇਵਾਂਗੇ, ਉਹਦੇ ਚ ਗੈਪ ਤਾਂ ਹੈਗਾ ਹੀ ਆ ਨਾ, ਹੁਣ ਇੱਥੇ ਬੁਲਾਰੇ ਬੋਲੇ ਵੀ 5 ਕਰੋੜ ਰੁਪਇਆ ਜੇਲ੍ਹ 'ਚ ਬੈਠੇ ਕਮਾ ਰਹੇ ਆ, ਜੇ ਬੰਦਾ ਜੇਲ ਚ ਆਏ ਬੈਠਾ ਹੱਥ ਜਾਂ ਉਹਨਾਂ ਦੇ ਆਫੀਸਰ ਦਾ ਹੱਥ ਆ, ਫੇਰ ਹੀ ਕਮਾਉਂਦਾ ਉਹ, ਫੇਰ ਹੀ ਫੋਨ ਕਰਦਾ, ਅਸੀਂ ਕਿਸੇ ਨੂੰ ਹੱਥ ਲਾਉਂਦੇ ਆ, ਬੰਦਾ ਤਾਂ ਸਾਈਕਲ ਦੇ ਉੱਤੇ 3 ਸਵਾਰੀਆਂ ਵੀ ਨਹੀਂ ਚੜ ਸਕਦੀਆਂ ਜੀ, ਤੇ ਅੰਦਰ ਪੈਸੇ ਨਹੀਂ ਜਾਂਦੇ ਬੈਠੇ, ਆ ਗਏ ਨਾ ਪ੍ਰਵਾਹ ਗਏ ਵੀ ਗੱਲ ਕਰਨ ਵਾਸਤੇ ਪਏ ਆ, ਇਲੀਗਲ ਕੀਤੀ ਹੈ, ਬਸ ਇਸ ਕਰਕੇ ਕੀਤੀ ਹੈ ਵੀ ਹਰ ਮਸਲੇ 'ਚ ਅੱਗੇ ਆਉਣਾ ਸੀ, ਰੰਜਿਸ਼ ਕਰਕੇ ਕੀਤੀ ਹੈ, ਸਾਰਾ ਸ਼ਹਿਰ ਉੱਥੇ ਆਲੇ ਦੁਆਲੇ ਬਣਿਆ ਹੋਇਆ, ਉਹਦੀ ਇਕੱਲੀ ਦੁਕਾਨ ਬਣੀ ਹੈ, 70% ਗਲਤ ਬਣਿਆ ਨਹੀਂ ਜੀ, 70% ਗਲਤ ਬਣਿਆ ਹੋਇਆ ਜੀ, ਕੀ ਕਰੋਗੇ ਜੀ, ਉਸ ਬੰਦੇ ਦਾ ਜਿਹੜਾ ਲੋਕਾਂ ਨੂੰ ਬਾਹਰ ਚੱਕਦਾ ਸੀ, ਮੈਨੂੰ ਉਹਦਾ ਕੋਈ ਪਤਾ ਨਹੀਂ, ਸਾਰੇ ਸਭ ਪੈਸੇ ਲੈਂਦੇ, ਉਹਨਾਂ ਨੇ ਰਿਕਾਰਡ ਦੇ ਦਿੰਦੇ ਆ ਜੀ, ਜਿੰਨੀਆਂ ਬਿਲਡਿੰਗਾਂ ਗਲਤ ਬਣੀਆਂ ਹੈ, ਪੈਸਿਆਂ ਨਾਲ ਬਣੀਆਂ ਹੈ, ਉਹ ਸਹੀ ਹੈ, ਜਿਹੜਾ ਬੰਦਾ ਸਹੀ ਕੰਮ ਕਰ ਰਿਹਾ ਉਹਦਾ ਕਰਨ ਦਾ ਮਤਲਬ ਵੀ ਇਹੀ ਹੈ, ਉਹਦਾ ਗਲਤ ਹੈ ਬੇਟਾ, ਉਹ ਵੀ ਜੀ ਬੇਨਤੀ ਹੈ ਮੇਰੀ, ਆ ਗਏ ਗਏ ਨੇ ਸਾਰੇ, ਕੋਈ ਗੱਲ ਨਹੀਂ, ਸਾਰੇ ਜੀ ਮੰਗਲ ਐਸਪੀ ਸਾਹਿਬ, ਹਾਂ ਸਾਡੀ ਬੇਨਤੀ ਇਹ ਆ, ਤੁਸੀਂ ਬਹੁਤ ਸਰਪਾਓ ਜੀ, ਮੁਲਾਜ਼ਮ ਕੰਮ ਲੱਗੇ ਹੋਏ ਨੇ, ਅਸੀਂ ਕੁਛ ਮੰਗਾਂ ਇਹਨਾਂ ਨੇ ਰੱਖੀਆਂ, ਉਹ ਅਸੀਂ ਮਤਲਬ
ਅੱਗੇ ਕਨਵੇ ਕਰ ਰਹੇ ਹਾਂ। ਮੈਡਮ ਵਪਾਰ ਮੰਡਲ ਦੀਆਂ ਕੀ ਕੀ ਮੰਗਾਂ? ਉਹਨਾਂ ਦਾ ਹੈਗਾ ਕਿ ਉਹਨਾਂ ਦੇ ਪਰਿਵਾਰ ਚੋਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ 5 ਕਰੋੜ ਦੀ। ਪ੍ਰਸ਼ਾਸਨ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ? ਹਾਲੇ ਅਸੀਂ ਇਹਦੇ ਬਾਰੇ ਕਨਵੇ ਕਰਦੇ ਹਾਂ ਹਾਇਰ ਅਥਾਰਟੀਜ਼ ਨੂੰ, ਉਸ ਤੋਂ ਬਾਅਦ ਹੀ ਅਸੀਂ ਕੁਛ ਕਹਿ ਸਕਦੇ ਹਾਂ। ਬਾਕੀ ਸਾਡੇ ਪੂਰੇ ਅਸੀਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਹੈਗੇ ਹਾਂ। ਪ੍ਰਸ਼ਾਸਨ, ਸਿਵਲ ਐਡਮਿਨਿਸਟ੍ਰੇਸ਼ਨ, ਪੁਲਿਸ ਐਡਮਿਨਿਸਟ੍ਰੇਸ਼ਨ, ਅਸੀਂ ਸਾਰੇ ਫੈਮਿਲੀ ਦੇ ਨਾਲ ਹਾਂ। ਔਰ ਜੋ ਵੀ ਬਣਦੀ ਕਾਰਵਾਈ ਆ ਉਹ SP ਸਾਹਿਬ ਦੱਸ ਰਹੇ ਨੇ, SSP ਸਾਹਿਬ ਦੱਸ ਰਹੇ ਨੇ ਕਿ ਉਹ ਜ਼ਰੂਰ ਜਲਦੀ ਕੀਤੀ ਜਾਏਗੀ। ਥੈਂਕ ਯੂ।